ਮੁੜ ਤੋਂ ਟੀਵੀ NRH ਤੇ ਤੁਹਾਡਾ ਸਵਾਗਤ ਹੈ। ਸ਼ੰਭੂ ਬਾਰਡਰ ਤੇ ਰਾਤ ਸਮੇਂ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ। ਛੋਟੇ ਛੋਟੇ ਬੱਚਿਆਂ ਤੋਂ ਲੈ ਕੇ 80-80 ਸਾਲਾਂ ਦੇ ਬਜ਼ੁਰਗ ਤੱਕ ਇੱਥੇ ਪਹੁੰਚੇ ਹੋਏ ਨੇ, ਪਰ ਸਾਡੇ ਨਾਲ ਇਸ ਵਕਤ ਇੱਕ ਐਸੇ ਬਜ਼ੁਰਗ ਖੜੇ ਨੇ ਜਿਨ੍ਹਾਂ ਦੀ ਹਿੰਮਤ ਨੂੰ ਅਸੀਂ ਕਹਿ ਰਹੇ ਹਾਂ ਕਿ ਸੱਚੀ ਸਲਾਮ ਹੀ ਆ। ਸਾਰਾ ਪੰਜਾਬ ਇਹਨਾਂ ਦੀ ਹਿੰਮਤ ਨੂੰ ਸਲਾਮ ਦੇ ਰਿਹਾ, ਕਿਉਂਕਿ ਤੁਸੀਂ ਬਾਬਾ ਜੀ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਹੈਂਡੀਕੈਪ ਹੋਣ ਦੇ ਬਾਵਜੂਦ ਵੀ ਸ਼ੰਭੂ ਬਾਰਡਰ ਦੇ ਬਿਲਕੁਲ ਲਾਗੇ ਖੜ੍ਹੇ ਨੇ। ਕੋਈ ਬਾਬਾ ਜੀ ਨੂੰ ਡਰ ਨਹੀਂ ਪੁਲਿਸ ਵੱਲੋਂ, ਕਦ ਵੀ ਇੱਥੇ ਅਥਰੂ ਗੈਸ ਦੇ ਗੋਲੇ ਆਓ ਜਿਹੜੇ ਸੁੱਟੇ ਜਾ ਸਕਦੇ ਨੇ, ਪਰ ਬਾਬਾ ਜੀ ਦੇ ਫਿਰ ਵੀ ਹੌਸਲੇ ਬੁਲੰਦ। ਆਓ ਬਾਬਾ ਜੀ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਉਹਨਾਂ ਦਾ ਕੀ ਕਹਿਣਾ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਅੰਦੋਲਨ ਨੂੰ ਲੈ ਕੇ, ਤੁਹਾਡੀ ਤੇ ਹਿੰਮਤ ਨੂੰ ਹੀ ਸਲਾਮ ਆ? ਨਹੀਂ, ਹਿੰਮਤ ਤੁਹਾਡੀ ਸਾਰਿਆਂ ਜਿੰਨੇ ਕਿ ਇੱਥੇ ਆਏ ਹੋਏ ਨੇ ਤੇ ਜਿਹੜੇ ਘਰਾਂ ਵਿੱਚ ਬੈਠ ਕੇ ਇਸ ਅੰਦੋਲਨ ਦੇ ਪ੍ਰਤੀ ਪੋਜ਼ਿਟਿਵ ਨੇ, ਇਸ ਅੰਦੋਲਨ ਨੂੰ ਹੱਲਾਸ਼ੇਰੀ ਦੇ ਰਹੇ ਨੇ, ਉਹ ਸਭ ਦਾ ਧੰਨਵਾਦ। ਹਾਂ, ਇਹ ਹੈਗਾ ਕਿ ਅਕਾਲ, ਇਹ ਪੰਜਾਬੀਆਂ ਦੇ ਧੱਕੇ ਹੁੰਦੇ ਆਏ ਨੇ। ਜਿਹੜਾ ਲੋਕ ਕਿਸਾਨ ਜਿਹੜੇ ਆਪਦੀ ਮਿਹਨਤੀ ਕਮਾਈ ਕਰਕੇ, ਕੋਈ ਵੀ ਹੈ ਜਿਹੜੇ ਆਪਦੀ ਮਿਹਨਤੀ ਕਮਾਈ ਕਰਕੇ ਲੋਕਾਂ ਨੂੰ ਰੋਟੀ ਅੰਨ ਪਾਣੀ ਛਕਾਉਂਦਾ ਨਾ, ਇਹ ਕੁਦਰਤ ਵੱਲੋਂ ਉਹਨੂੰ ਗਲਤ ਲੋਕ ਉਹਨੂੰ ਦੁੱਖ ਦਿੰਦੇ ਨੇ। ਉਹ ਸਮਾਂ ਹੁਣ ਚੱਲ ਰਿਹਾ, ਇਹ ਕਿਸਾਨ ਭਗਤ ਲੋਕ ਨੇ, ਮਜ਼ਦੂਰ ਲੋਕ ਭਗਤ ਲੋਕ ਨੇਗੇ, ਇਹ ਜਿਹੜੇ ਰਾਸ਼ 'ਚ ਬੈਠੇ ਨੇ ਮੋਦੀ ਵਰਗੇ ਠੱਗ ਲੁਟੇਰੇ, ਠੀਕ ਹੈ, ਇਹ ਦੁੱਖ ਦੇ ਰਹੇ ਨੇ, ਪਰ ਇਹਨਾਂ ਨੂੰ ਮੂੰਹ ਦੀ ਖਾਣੀ ਪਏਗੀ। ਇਹਨਾਂ ਦਾ ਸਮਾਂ ਮਾੜਾ ਆ ਚੁੱਕਿਆ, ਕਿਉਂਕਿ ਜਦੋਂ ਆਪਾਂ ਇਤਿਹਾਸ ਵੇਖਦੇ ਹਾਂ ਸੰਸਾਰ ਦਾ, ਜਦੋਂ ਜਿੰਨਾ ਕੁ ਆਪਾਂ ਨੂੰ ਸੂਝੀ ਮਿਲਦੀ ਆ, ਹੈ ਨਾ, ਜਿੰਨਿਆਂ ਨੇ ਪਾਪ ਕੀਤਾ ਉਹਨਾਂ ਨੇ ਦੁੱਖ ਹੀ ਭੋਗੇ ਨੇ, ਅਤੇ ਜਿਨ੍ਹਾਂ ਨੇ ਇਹ ਦੁੱਖ ਝੱਲੇ ਨੇ ਅਤੇ ਉਹ ਉੱਭਰ ਕੇ ਸਾਹਮਣੇ ਆਏ ਨੇ। ਅੱਜ ਸੰਸਾਰ ਦੇ ਵਿੱਚ ਪੰਜਾਬੀ ਪਹਿਲੇ ਨੰਬਰ 'ਤੇ ਨੇ। ਕਿਉਂ ਪਹਿਲੇ ਨੰਬਰ 'ਤੇ ਨੇ? ਕਿਉਂਕਿ ਇਹਨਾਂ 'ਤੇ ਜ਼ੁਲਮ ਬਹੁਤ ਹੋਇਆ। ਜਿਉਂ ਜਿਉਂ ਲੋਹੇ ਨੂੰ ਅਸੀਂ ਅੱਗ ਦੇ ਵਿੱਚ ਸਾੜਦੇ ਹਾਂ, ਲੋਹਾ ਠੋਸ ਹੁੰਦਾ, ਮਜ਼ਬੂਤ ਹੁੰਦਾ, ਇਸ ਤਰ੍ਹਾਂ ਪੰਜਾਬੀ ਠੋਸ 'ਤੇ ਮਜ਼ਬੂਤ ਹੋ ਚੁੱਕੇ ਆ। ਆਉਣ ਵਾਲਾ ਸਮਾਂ ਆਏਗਾ, ਆਏਗਾ ਜ਼ਰੂਰ, ਸੱਚਾਈ ਹੈਗੀ, ਇਹਨਾਂ ਨੂੰ ਕੋਈ ਰੋਕ ਨਹੀਂ ਸਕਦਾ, ਕਿ ਪੰਜਾਬੀ ਪੂਰੇ ਵਰਲਡ 'ਤੇ ਰਾਜ ਕਰਨਗੇ। ਇਹ ਸੱਚਾਈ ਹੈਗੀ ਆ, ਸੱਚਾਈ ਇਸ ਕਰਕੇ ਮੈਂ ਕਹਿ ਰਿਹਾ, ਕਿਉਂਕਿ ਚਾਹੇ ਤੁਸੀਂ ਕੋਲੇ ਦੀ ਖਾਣ ਵੇਖ ਲਓ, ਠੀਕ ਹੈ, ਚਾਹੇ ਜੇ ਤੁਸੀਂ ਆਪਣੇ ਆਪ ਲਾਂਬੂ ਫੋਟੋ ਦੇਣੇ ਹੁੜ 'ਚ ਦੇਖ ਲਓ, ਉੱਥੇ ਪੈਦਾਵਾਰ ਕਿੰਨਾ ਹੁੰਦਾ। ਇਵੇਂ ਜਿਵੇਂ ਹੁਣ ਪੰਜਾਬੀ ਆ, ਪੰਜਾਬੀਆਂ ਨੂੰ ਜ਼ੁਲਮ ਝੱਲਦਿਆਂ ਨੂੰ ਜਿੰਨਾ ਕੁ ਮੈਂ ਸਟੱਡੀ ਕਰ ਰਿਹਾ, ਘੱਟ ਤੋਂ ਘੱਟ 1000 ਸਾਲ ਹੋ ਗਏ, ਘੱਟ ਤੋਂ ਘੱਟ। ਬਾਬਾ ਜੀ, ਮੁਸ਼ਕਲ ਨਹੀਂ ਹੋਈ ਤੁਹਾਨੂੰ ਇੱਥੇ ਆਉਣ ਦੀ? ਕੋਈ ਮੁਸ਼ਕਲ ਨਹੀਂ, ਜੇ ਆਪਾਂ ਤੁਹਾਡੇ ਮੈਡੀਕਲ ਹੈਲਥ ਦੀ ਗੱਲ ਕਰੀਏ, ਤਰਸਾਂਦਾ ਦੇਖ ਕੇ ਸਾਨੂੰ, ਅਸੀਂ ਸੱਚੀ ਦਿਲੋਂ ਕਹਿ ਰਹੇ ਤੁਹਾਡੇ ਹੌਸਲੇ ਨੂੰ ਸਲਾਮ ਆ ਸਾਰਿਆਂ ਨੂੰ। ਮੈਨੂੰ ਤੁਹਾਨੂੰ ਵੇਖ ਕੇ ਜਿੰਨੇ ਤਬਕਾ ਖੜਾ, ਇਹਨਾਂ ਨੂੰ ਵੇਖ ਕੇ ਮੈਨੂੰ ਐਨਰਜੀ ਇੰਨੀ ਮਿਲ ਚੁੱਕੀ ਹੈ, ਸ਼ਾਇਦ ਮੈਨੂੰ 6 ਮਹੀਨੇ ਮੈਨੂੰ ਰੋਟੀ ਖਾਣ ਦੀ ਵੀ ਲੋੜ ਨਹੀਂ ਹੈਗੀ ਹੁਣ। ਇਹ ਸੱਚਾਈ ਹੈਗੀ ਹੈ, ਜੇ ਮੈਂ ਰੋਟੀ ਨਾ ਖਾਂ ਮੇਰੀ 'ਚ ਇੰਨੀ ਤਾਕਤ ਹੋਏਗੀ, ਜਾ ਕੇ ਵਿਛਾ ਕੇ ਚੈੱਕ ਕਰ ਲਿਓ। ਪਰ ਮਨ ਪਾਪੀ ਆ ਨਾ, ਜੀਵ ਲਾਲਸਾ ਕਰ ਜਾਂਦੀ ਆ, ਇਹ ਰਸਨਾ ਤੂੰ ਮਨ ਰਾਸ ਰਚ ਰਹੀ, ਤੇਰੀ ਪਿਆਸ ਨਾ ਜਾਏ, ਇਸ ਕਰਕੇ ਬਸ ਸਾਨੂੰ ਛਕਣਾ ਪੈਂਦਾ ਕੁਛ ਨਾ ਕੁਛ, ਪਰ ਇਹਨਾਂ ਤੋਂ ਤਾਕਤ ਮਿਲ ਗਈ ਵੇਖ ਕੇ ਮੈਨੂੰ। ਜਿਹੜੇ ਨੌਜਵਾਨ ਘਰਾਂ 'ਚ ਬੈਠੇ ਨੇ, ਤੁਸੀਂ ਇੱਥੇ ਪਹੁੰਚੇ ਹੋ, ਤੁਸੀਂ ਇੱਥੇ ਪਹੁੰਚ ਗਏ, ਉਹ ਨੌਜਵਾਨ ਹਾਲੇ ਤੱਕ ਨਹੀਂ ਪਹੁੰਚੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ? ਉਹਨਾਂ ਨੌਜਵਾਨਾਂ ਨੂੰ ਹਜੇ ਸਮਾਂ ਨਹੀਂ ਮਿਲਿਆ ਹੋਣਾ, ਪਰਮਾਤਮਾ ਨੇ ਡਿਊਟੀ ਨਹੀਂ ਲਾਈ ਹੋਣੀ। ਹੁਣ ਅੱਜ ਮੇਰਾ 1% ਚਾਂਸ ਨਹੀਂ ਸੀਗਾ, 1% ਦੇ 10 ਹਿੱਸੇ ਨੇ, 10ਵਾਂ ਹਿੱਸਾ ਵੀ ਚਾਂਸ ਨਹੀਂ ਸੀ ਆਉਂਦਾ, ਇਹ ਪਰਮਾਤਮਾ ਜ਼ਬਰਦਸਤੀ ਲੈ ਕੇ ਆਇਆ। ਇਹ ਮੇਵਣੇ ਨੌਜਵਾਨ ਘਰਾਂ 'ਚ ਬੈਠੇ ਆ, ਉਹਨਾਂ ਦਾ ਵੀ ਮਨ ਹੈਗਾ, ਉਹਨੂੰ ਪਰਮਾਤਮਾ ਲੈ ਆਏਗਾ, ਜਿੱਥੇ ਜਿੱਥੇ ਉਹਨਾਂ ਤੋਂ ਪਰਮਾਤਮਾ ਹਾਜ਼ਰੀ ਉਹਦੇ ਲਵਾਉਣੀ ਚਾਹੁੰਦਾ, ਉੱਥੇ ਉੱਥੇ ਰੱਬ ਉਹਨਾਂ ਦੀ ਹਾਜ਼ਰੀ ਲਵਾ ਰਿਹਾ, ਠੀਕ ਹੈ। ਨੌਜਵਾਨ ਤਾਂ ਬਹੁਤ ਆਇਆ ਟਾਲੀਆਂ, ਬਹੁਤ ਨੌਜਵਾਨ ਆ, ਵੀ ਬਹੁਤ ਨੌਜਵਾਨ ਹੈ, ਬਹੁਤ ਨੌਜਵਾਨ ਤਬਕਾ ਹੈ। ਪਾਪਾ ਜੀ, ਅਸੀਂ ਤਾਂ ਇੱਕੋ ਗੱਲ ਕਹਿਣਾ ਚਾਹਾਂਗੇ, ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋ, ਤੁਸੀਂ ਆਪਣਾ
ਟਰਾਲੀ ਦੇ ਵਿੱਚ ਬੈਠ ਕੇ ਅੰਦੋਲਨ ਦਾ ਸਹਿਯੋਗ ਕਰੋ। ਤੁਸੀਂ ਬਹੁਤ ਇੱਥੇ ਹਿੰਮਤ ਵਾਲੀ ਗੱਲ ਆ ਜਿਹੜਾ ਤੁਸੀਂ ਪਹੁੰਚੇ ਹੋਏ ਹੋ, ਅਤੇ ਜਾਂਦੇ ਜਾਂਦੇ ਇੱਕ ਅਖੀਰਲਾ ਸੁਨੇਹਾ ਜਨਤਾ ਨੂੰ। ਮੈਨੂੰ ਬੈਠਣ ਦੀ ਕੋਈ ਲੋੜ ਨਹੀਂ ਜੀ, ਸੰਸਾਰ ਆ ਚੱਲਦਾ ਜੀ। ਜਿਹੜੀ ਨਦੀ ਰਸਤੇ ਸੁੱਕ ਜਾਂਦੀ ਉਹ ਨਦੀ ਨਹੀਂ ਹੁੰਦੀ, ਨਦੀ ਉਹ ਹੁੰਦੀ ਜਿਹੜੀ ਸਮੁੰਦਰ 'ਚ ਜਾ ਕੇ ਪੈ ਜਾਵੇ। ਇਹ ਸਰੀਰ ਚੱਲਦਾ ਤੁਰਦਾ ਫਿਰਦਾ ਜਾਣਾ ਚਾਹੀਦਾ, ਠੀਕ ਆ। ਇਹ ਸਾਡਾ ਅੰਦੋਲਨ ਹੈਗਾ, ਇਹਨੂੰ ਅਸੀਂ ਚੱਲਦੇ ਫਿਰਦੇ ਚਲਾਵਾਂਗੇ ਅਤੇ ਜਿੱਤ ਪ੍ਰਾਪਤ ਕਰਾਂਗੇ, ਹਰ ਹਾਲਤ 'ਤੇ ਕਰਾਂਗੇ, ਧੌਣ 'ਤੇ ਗੋਡੇ ਰੱਖ ਕੇ ਕਰਾਂਗੇ। ਸਾਡੇ ਨਾਲ ਇੱਥੇ ਕੱਲ੍ਹ ਦੇ ਮਾਤਾ ਜੀ ਵੀ ਇੱਕ ਜੁੜੇ ਹੋਏ ਨੇ ਜੋ ਬਜ਼ੁਰਗਾਂ ਦੀ ਕਾਫੀ ਸੇਵਾ ਕਰ ਰਹੇ ਨੇ। ਮਾਤਾ ਜੀ, ਤੁਸੀਂ ਇੱਥੇ ਰੋਜ਼ ਸੇਵਾ ਕਰਨ ਪਹੁੰਚਦੇ ਹੋ? ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਜੇ ਸਾਨੂੰ ਸ਼ੌਂਕ ਆ, ਅਸੀਂ ਨਹੀਂ ਕਰਾਂਗੇ, ਹੈ ਨਾ, ਸਿੱਖਾਂ ਦੇ ਬੱਚੇ ਹਾਂ, ਕਿਸਾਨਾਂ ਦੇ ਬੱਚੇ ਹਾਂ, ਅਤੇ ਕੌਣ ਕਰੇਗਾ, ਹੈ ਨਾ। ਅਤੇ ਸਾਨੂੰ ਸ਼ੌਂਕ ਰੋਜ਼ ਤਾਂ ਨਹੀਂ, ਅਸੀਂ ਬੰਦੀ ਸਿੰਘਾਂ ਦੇ ਮੋਰਚੇ 'ਤੇ ਬੈਠੇ ਬੈਠੇ ਡਟ ਕੇ ਸਾਲ ਹੋ ਗਿਆ, ਅਤੇ ਇੱਥੇ ਅਸੀਂ 2 ਦਿਨ ਤੋਂ ਆ ਰਹੇ, ਕੱਲ੍ਹ ਆਏ ਸੀ, ਅੱਜ ਆਏ ਹਾਂ ਅਸੀਂ ਨਾ। ਹੁਣ ਇੱਦਾਂ ਹੀ ਜਿੰਦਰ ਤੱਕ ਕੋਈ ਨਤੀਜਾ ਨਹੀਂ ਆਉਂਦਾ ਮੀਟਿੰਗ ਦਾ, ਦਿੱਲੀ ਨੂੰ ਕੂਚ ਨਹੀਂ ਹੁੰਦਾ, ਉਹਦੇ ਰੋਜ਼ ਹੀ ਸੇਵਾ ਕੀਤੀ ਜਾਊ? ਬਿਲਕੁਲ, ਜ਼ਰੂਰ ਆਵਾਂਗੇ ਜੀ, ਵਾਹਿਗੁਰੂ ਜੀ ਡਿਊਟੀ ਲਾਣਗੇ ਤੇ ਆਵਾਂਗੇ, ਜ਼ਰੂਰ ਆਵਾਂਗੇ। ਹਾਂਜੀ, ਸੋ ਤੁਸੀਂ ਸੁਣਿਆ ਹੋਊਗਾ ਕਿੱਦਾਂ, ਸਹੀ ਗੱਲ ਆ, ਕਹਿੰਦੇ ਨੇ ਹੌਸਲੇ ਜਿਹੜੇ ਆ ਉਹ ਬੁਲੰਦ ਹੋਣੇ ਚਾਹੀਦੇ ਆ, ਤਾਂ ਇਨਸਾਨ ਹਰ ਇੱਕ ਚੀਜ਼ ਆ ਉਹ ਜਿਹੜੀ ਪਾ ਲੈਂਦਾ ਆ। ਅਤੇ ਇੱਥੇ ਪਾਪਾ ਜੀ ਦੇ ਆਪਾਂ ਦੇਖ ਸਕਦੇ ਹਾਂ ਕਿ ਸਰੀਰ ਹੀ ਸਾਰਾ ਕੁਛ ਨਹੀਂ ਹੁੰਦਾ, ਬੰਦੇ 'ਚ ਹੌਸਲਾ ਹੋਣਾ ਚਾਹੀਦਾ ਆ, ਜੇ ਹੌਸਲਾ ਹੋਵੇ ਬੰਦੇ ਦਾ ਤਾਂ ਬੰਦਾ ਪਹਾੜ ਵੀ ਆ ਉਹ ਜਿਹੜਾ ਜਿੱਤ ਲੈਂਦਾ ਆ। ਕੈਮਰਾਮੈਨ ਮਨਦੀਪ ਦੇ ਨਾਲ ਵਿਕਰਮ ਸੈਜਪਾਲ, TV NRI।